ਬਾਈਕਾਟ ਬਾਲੀਵੁੱਡ ਟ੍ਰੈਂਡ ਕਰ ਰਿਹਾ ਆ ਹਨਾ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਆ? ਕਿ ਅਗਰ ਇਹ ਪਿਕਚਰ ਸ਼ਾਹਰੁਖ ਖਾਨ ਦੀ ਹੈ ਤਾਂ ਵੀ ਇਹਨੂੰ ਬਾਈਕਾਟ ਕੀਤਾ ਜਾਏ? ਸਾਡੇ ਸਮਾਜ ਨੂੰ ਇਦਾਂ ਦਾ ਦਿਖਾਇਆ ਜਾਂਦਾ ਵੀ ਇਹ ਇੱਕ ਸ਼ੁਕਲੀ ਸਮਾਜ ਆ, ਵੀ ਇਹਦੇ ਤੇ ਆਪਾਂ ਜਦੋਂ ਮਰਜ਼ੀ ਕੋਈ ਟਿੱਪਣੀ ਕਰ ਸਕਦੇ ਹਾਂ। ਇਹਨੇ ਆਈ ਥਿੰਕ ਐਜੂਕੇਟਡ ਨਹੀਂ ਹੈਗੇ ਜਿਹੜੇ ਬੋਇਕਾਟ ਕਰਦੇ, ਉਹ ਇੱਕ ਦੂਜੇ ਦੇ ਪਿੱਛੇ ਲੱਗ ਜਾਂਦੇ। ਬਾਵਾਂ ਫੈਲਾ ਕੇ ਜਿਹੜਾ ਸ਼ੁਰੂ ਹੋਇਆ ਸੀ ਹੁਣ ਤੱਕ ਉਹੀ ਹੈ, ਹੋ ਗਿਆ ਇਨਫ, ਛੋਟੇ ਬੱਚਿਆਂ ਨੂੰ ਅੱਗੇ ਵਧਾਓ। ਸਿਸਟਮ ਮੈਨੂੰ ਠੀਕ ਨਹੀਂ ਲੱਗ ਰਿਹਾ, ਆਡੀਅੰਸ ਛੱਡ ਦੇਣਾ ਚਾਹੀਦਾ ਹੈ ਕਿ ਜਿਹੜਾ ਆਡੀਅੰਸ ਨੂੰ ਪਸੰਦ ਆ ਜਾਏਗਾ ਮੂਵੀ ਦੇਖਣ, ਜਿਹਨੂੰ ਨਹੀਂ ਪਸੰਦ ਨਹੀਂ ਜਾਏਗਾ। ਕੁਛ ਬੰਦਿਆਂ ਨੇ ਨਾ ਬੋਲੀਵੁੱਡ ਨੂੰ ਆਪਣਾ ਆਪਣਾ ਘਰ ਸਮਝ ਲਿਆ, ਵੀ ਉਹਨਾਂ ਦਾ ਇੱਕੋ ਹੀ ਮਕਸਦ ਆ, ਏਜੰਸੀਆਂ ਉਹਨਾਂ ਨੂੰ ਫੰਡਿੰਗ ਕਰਦੀਆਂ ਵੀ ਤੁਸੀਂ ਸਮਾਜ ਦੇ ਵਿੱਚ ਦਫਾੜ ਪਾਓ। ਇਹਦਾ ਮਤਲਬ ਵੀ ਤੁਹਾਡਾ ਸੈਂਸਰ ਬੋਰਡ ਆਪਣੇ ਆਪ 'ਚ ਨਲੀਫਾਈ ਹੈ, ਉਹ ਕੋਈ ਵੈਲਿਊ ਹੀ ਨਹੀਂ ਰੱਖਦਾ। ਅਸੀਂ ਸੈਂਸਰ ਬੋਰਡ ਨੂੰ ਨਹੀਂ ਮੰਨਦੇ, ਟਿੱਪਣੀ ਕਰੂਗਾ ਚਾਹੇ ਉਹ ਸੈਂਸਰ ਬੋਰਡ ਹੋਵੇ ਚਾਹੇ ਉਹ ਸਰਕਾਰ ਹੋਵੇ, ਅਸੀਂ ਪੂੰਝ ਕੇ ਸੜ ਦਿਆਂਗੇ। ਐਪ 'ਤੇ ਅੱਜ ਕੱਲ੍ਹ ਕੰਟੈਂਟ ਜੋ ਦਿੰਦੇ ਆ ਬੋਲੀਵੁੱਡ ਤੋਂ ਉਹ ਜਿਹਾ ਬਣਨ ਨਹੀਂ ਡਿਆ। ਦੇਖੋ ਦੁਨੀਆ ਜੋ ਦੇਖਦੀ ਹੈ ਉਹੀ ਬੋਲਦੀ ਹੈ, ਅਸਲੀਅਤ ਜੋ ਪਤਾ ਹੁੰਦਾ ਤਾਂ ਅਸਲੀਅਤ ਦੱਸਦੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ, ਮੈਂ ਹਾਂ ਨੀਲਮ ਕੁਈਨ, ਅਤੇ ਅੱਜ ਦਾ ਜਿਹੜਾ ਮੇਰਾ ਪ੍ਰਾਈਮ ਵਿਊਜ਼ ਦਾ ਟੌਪਿਕ ਆ ਉਹ ਬਾਲੀਵੁੱਡ ਇੰਡਸਟਰੀ ਦੇ ਨਾਲ ਜੁੜਿਆ, ਕਿਉਂਕਿ ਪਿਛਲੇ ਸਾਲ ਤੋਂ ਲਗਾਤਾਰ ਬਾਈਕਾਟ ਬਾਲੀਵੁੱਡ ਜਿਹੜਾ ਟ੍ਰੈਂਡ ਕਰ ਰਿਹਾ, ਅਤੇ ਹੁਣ ਜਦੋਂ ਪਠਾਨ ਫਿਲਮ ਦਾ ਗਾਣਾ ਬੇਸ਼ਰਮ ਰਿਲੀਜ਼ ਹੋਇਆ ਸੀ, ਉਸ ਤੋਂ ਬਾਅਦ ਇਹ ਜਿਹੜਾ ਜ਼ਿਆਦਾ ਹਾਈਲਾਈਟ ਹੋ ਗਿਆ, ਹਰੇਕ ਫਿਲਮ ਨੂੰ ਨੁਕਸਾਨ ਹੋ ਰਿਹਾ, ਅਤੇ ਇੱਥੇ ਜਿਹੜੇ ਫਿਲਮੀ ਸਿਤਾਰੇ ਬਾਲੀਵੁੱਡ ਇੰਡਸਟਰੀ ਦੇ ਕਲਾਕਾਰ ਆ ਉਹਨਾਂ ਨੇ ਇਹ ਅਪੀਲ ਕਰਨੀ ਸ਼ੁਰੂ ਕਰ ਦਿੱਤੀ ਕਿ ਬਾਈਕਾਟ ਬਾਲੀਵੁੱਡ ਜਿਹੜਾ ਉਹਨੂੰ ਪਲੀਜ਼ ਸਾਈਡ 'ਤੇ ਰੱਖੋ, ਕਿਉਂਕਿ ਬਹੁਤ ਮਿਹਨਤ ਕਰਕੇ ਫਿਲਮਾਂ ਜਿਹੜੀਆਂ ਉਹ ਬਣਦੀਆਂ ਹੈਗੀਆਂ, ਉਹਨੂੰ ਚੰਗਾ ਰਿਸਪੋਂਸ ਮਿਲਣਾ ਚਾਹੀਦਾ। ਹੁਣ ਜਾ ਕੇ ਜਿਹੜੇ ਲੋਕਾਂ ਦੇ ਕੀ ਰਿਵਿਊ ਹੈਗੇ, ਕੀ ਵਿਊਜ਼ ਹੈਗੇ ਇਹਨਾਂ ਚੀਜ਼ਾਂ ਨੂੰ ਲੈ ਕੇ ਜਾਂ ਬਾਈਕਾਟ ਬਾਲੀਵੁੱਡ ਨੂੰ ਲੈ ਕੇ, ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਆਜੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਜੀ? ਠੀਕ ਹੋ? ਬਹੁਤ ਵਧੀਆ। ਤੁਸੀਂ ਕਿੱਦਾਂ? ਠੀਕ? ਬਹੁਤ ਵਧੀਆ ਜੀ, ਤੁਸੀਂ ਦੱਸੋ। ਬਹੁਤ ਵਧੀਆ, ਇੱਧਰ ਫੋਟੋ ਸ਼ੂਟ ਚੱਲ ਰਿਹਾ ਸੀ ਥੋੜ੍ਹਾ ਜਿਹਾ। ਅੱਛਾ, ਕੌਣ ਜ਼ਿਆਦਾ ਵਧੀਆ ਫੋਟੋਆਂ ਖਿੱਚਦਾ? ਵੀਰ ਮੇਰਾ ਤੇ ਇਹ ਜਿਆਦੀਆਂ ਵਧੀਆ ਖਿਚਾਉਂਦਾ ਆ। ਖਿਚਾਉਂਦਾ ਇਦਾਂ ਹੁੰਦਾ ਨਾ, ਜਦੋਂ ਅਸੀਂ ਵਧੀਆ ਖਿੱਚਦੇ ਤੇ ਸਾਹਮਣੇ ਵਾਲਾ ਨਾ ਵਧੀਆ ਖਿੱਚੇ, ਫਿਰ ਖਿੱਚ ਬੜੀ ਚੜਦੀ ਹੈ ਹਨਾ, ਫਿਰ ਕਹਿੰਦੇ ਨੇ ਤਾਂ ਡਿਲੀਟ ਕਰ ਦੇਣੀ ਆ। ਅੱਛਾ ਠੀਕ ਆ, ਫਿਲਮਾਂ ਦੇਖਣੀਆਂ ਪਸੰਦ ਕਰਦੇ ਹੋ? ਹਾਂਜੀ ਜੀ। ਕਿੱਦਾਂ ਦੀਆਂ ਫਿਲਮਾਂ ਪਸੰਦ ਆ? ਹਿਸਟੋਰੀਕਲ, ਲਾਈਕ ਕਿਸੇ ਚੀਜ਼ ਤੇ ਬੇਸਡ ਹੋਵੇ, ਹਿਸਟਰੀ ਤੇ ਬੇਸਡ ਹੋਵੇ, ਉਦੋਂ ਦੇ ਵਧੀਆ ਲੱਗਦੇ ਆ ਮੈਨੂੰ। ਓਕੇ, ਤੇ ਤੁਹਾਨੂੰ? ਐਕਸ਼ਨ, ਐਕਸ਼ਨ ਮੂਵੀ। ਹਾਂਜੀ। ਅੱਛਾ, ਬਾਲੀਵੁੱਡ ਪੰਜਾਬੀ ਕਿ ਹਾਲੀਵੁੱਡ ਸਾਊਥ? ਜ਼ਿਆਦਾਤਰ ਪੰਜਾਬੀ, ਪੰਜਾਬੀ ਜਾਂ ਸਾਊਥ। ਅੱਛਾ, ਤੁਸੀਂ? ਚੋਇਸ ਡਿਪੈਂਡ ਕਰਦਾ, ਹਾਲੀਵੁੱਡ ਟਾਈਪ, ਹਾਲੀਵੁੱਡ ਯਾ ਹਾਲੀਵੁੱਡ, ਲਾਈਕ ਸਾਊਥ ਬਾਲੀਵੁੱਡ ਵਿੱਚ ਵੀ ਲਾਈਕ ਜਿਵੇਂ ਹਿਸਟਰੀ ਦੇ ਬੰਦੇ ਕਈ, ਸਾਰਾ ਕੁਝ ਇੱਕੋ ਹੀ ਹੋ ਗਿਆ। ਹਾਂਜੀ ਹਾਂਜੀ। ਅੱਛਾ, ਮੈਂ ਤੁਹਾਨੂੰ ਪੁੱਛਣਾ ਹੈ, ਜਿੱਦਾਂ ਅੱਜ ਕੱਲ੍ਹ ਨਾ ਟ੍ਰੈਂਡ ਕਰ ਰਿਹਾ ਹੈ ਬਾਈਕਾਟ ਬਾਲੀਵੁੱਡ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਆ? ਕਿਉਂਕਿ ਜਿਹੜੇ ਕਲਾਕਾਰ ਆ, ਜਿਹੜੇ ਸੈਲੀਬ੍ਰਿਟੀਜ਼ ਆ, ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੀਆਂ ਫਿਲਮਾਂ ਨੂੰ ਨੁਕਸਾਨ ਹੁੰਦਾ ਆ, ਕੋਈ ਰੀਜ਼ਨ ਤਾਂ ਦੱਸੋ ਕਿ ਕਿਉਂ ਬਾਈਕਾਟ ਕਰ ਰਹੇ, ਤੁਹਾਡਾ ਕੀ ਕਹਿਣਾ? ਰਿਲੀਜਨ। ਹਾਂਜੀ, ਸਾਨੂੰ ਲੱਗਦਾ ਕਿ ਥੋੜ੍ਹਾ ਰਿਲੀਜਨ ਇਹਦੇ ਵਿੱਚ ਆਉਂਦਾ ਆ, ਲਾਈਕ ਲੋਕ ਨਾ ਇਹਨੇ ਆਈ ਥਿੰਕ ਐਜੂਕੇਟਡ ਨਹੀਂ ਹੈਗੇ ਜਿਹੜੇ ਬੋਇਕਾਟ ਕਰਦੇ, ਉਹ ਇੱਕ ਦੂਜੇ ਦੇ ਪਿੱਛੇ ਲੱਗ ਜਾਂਦੇ, ਜਸਟ ਬਿਕੋਜ਼ ਉਹ ਹਿੰਦੂ ਆ, ਉਹਨੇ ਖਾਣ ਆ ਉਹਦੇ ਪਿੱਛੇ ਲੱਗਾ ਤਾਂ ਕਰਕੇ ਉਹਦਾ ਬੋਇਕਾਟ ਕਰੋ। ਉਹਦੇ ਪਠਾਨ ਫਿਲਮ ਦੀ ਗੱਲ ਕਰ ਰਹੇ ਹੋ? ਹਾਂਜੀ। ਅੱਛਾ ਜੀ, ਤੁਸੀਂ ਕੀ ਕਹਿੰਦੇ? ਮੈਡਮ, ਮੇਰੇ ਅਕੋਰਡਿੰਗ ਕਿ ਜੋ ਓ ਟੀ ਟੀ ਐਪ 'ਤੇ ਅੱਜ ਕੱਲ੍ਹ ਕੰਟੈਂਟ ਜੋ ਦਿੰਦੇ ਆ ਬੋਲੀਵੁੱਡ ਤੋਂ, ਉਹ ਜਿਹਾ ਬਣਨ ਨਹੀਂ ਡਿਆ, ਜੋ ਜਿਹੜੇ ਹਿਸਾਬ ਦਾ ਮਤਲਬ ਕਿ ਉਹ ਬਹੁਤ ਵਧੀਆ ਹਨ ਕਰਨ ਲੱਗ ਪਿਆ ਬੋਲੀਵੁੱਡ। ਨਾ ਨਾ, ਓ ਟੀ ਟੀ ਐਪ 'ਤੇ। ਹਾਂਜੀ, ਅਤੇ ਬੋਲੀਵੁੱਡ ਹੁਣ ਫਿੱਕਾ ਫਿੱਕਾ ਹੀ ਲੱਗਦਾ, ਨਾਲੇ ਓ ਟੀ ਟੀ 'ਤੇ ਆਪਾਂ ਘਰ ਬਹਿ ਕੇ ਵੇਖ ਲਈਦੀ ਆ, ਅਤੇ ਬੋਲੀਵੁੱਡ ਲਈ ਉਹ ਬਾਹਰ ਸਿਨੇਮਾ 'ਚ ਜਾਣਾ ਪੈਂਦਾ, ਟਾਈਮ ਲੱਗਦਾ। ਵੈਸੇ ਤਾਂ ਪਿਛਲੇ ਸਾਲ ਤੋਂ ਹੀ ਬਾਈਕਾਟ ਬਾਲੀਵੁੱਡ ਟ੍ਰੈਂਡ ਕਰ ਰਿਹਾ, ਹੁਣ ਜ਼ਿਆਦਾ ਹਾਈਲਾਈਟ ਇਸ ਵਜ੍ਹਾ ਦੇ ਕਰਕੇ ਹੋ ਗਿਆ, ਕਿਉਂਕਿ ਬੇਸ਼ਰਮ ਗਾਣਾ ਜਦੋਂ ਪਠਾਨ ਮੂਵੀ ਦਾ ਆਇਆ ਸੀ ਉਦੋਂ ਹੋ ਗਿਆ, ਕਿ ਲੋਕਾਂ ਦਾ ਕਹਿਣਾ ਸੀ ਕਿ ਲੱਚਰਤਾ ਕਰਕੇ ਫਿਲਮਾਂ ਜਿਹੜੀਆਂ ਬਾਈਕਾਟ ਹੋਣੀ ਚਾਹੀਦੀ, ਇੱਦਾਂ ਦੀਆਂ ਫਿਲਮਾਂ ਨਹੀਂ ਹੋਣੀਆਂ ਚਾਹੀਦੀਆਂ, ਜਦਕਿ ਪਹਿਲਾਂ ਵੀ ਇੱਦਾਂ ਦੀਆਂ ਆਉਂਦੀਆਂ ਸੀ। ਹਾਂਜੀ, ਆਉਂਦੀਆਂ ਸੀ, ਬਟ ਹੁਣ ਕੁਝ ਜ਼ਿਆਦਾ ਹੋ ਗਿਆ। ਹੁਣ ਜ਼ਿਆਦਾ ਹੋ ਗਿਆ? ਹਾਂਜੀ, ਉਦੋਂ ਵੀ ਸੀਗਾ, ਬਟ ਉਦੋਂ ਆਪਾਂ ਇੰਨੇ ਗੌਰ ਨਹੀਂ ਸੀ ਕਰਦੇ, ਲਾਈਕ ਉਦੋਂ ਇਹ ਚੀਜ਼ਾਂ ਜ਼ਿਆਦਾ ਹਾਈਲਾਈਟ ਹੁੰਦੀ ਆ ਜਦੋਂ ਕੋਈ ਇੱਕ ਟਾਰਗੇਟ ਬਣਾਇਆ ਜਾਂਦਾ ਕਿ ਆਪਾਂ ਹਾਂ ਇਹਨੂੰ ਡੀਫੇਮ ਕਰਨਾ ਹੀ ਕਰਨਾ ਆ, ਉਦੋਂ ਕੋਈ ਆਪਾਂ ਨੋਰਮਲ ਬੰਦਾ ਇਹੋ ਜਿਹੀ ਚੀਜ਼ ਨਹੀਂ ਸੋਚਦਾ ਹੈਗਾ। ਤੁਹਾਨੂੰ ਕੀ ਲੱਗਦਾ ਕਿਹਨੂੰ ਡੀਫੇਮ ਕੀਤਾ ਜਾ ਰਿਹਾ? ਲਾਈਕ ਜਿਹਨਾਂ ਤੋਂ ਜੈਲਸੀ ਹੁੰਦੀ ਆ। ਅੱਛਾ, ਤੁਸੀਂ ਕੀ ਕਹਿੰਦੇ? ਸੇਮ ਸੇਮ। ਹਾਂਜੀ, ਚਲੋ ਓਕੇ ਜੀ, ਥੈਂਕ ਯੂ ਸੋ ਮਚ। ਕਿੱਦਾਂ ਜੀ, ਠੀਕ ਹੋ? ਹਾਂਜੀ ਠੀਕ ਜੀ, ਤੁਸੀਂ ਦੱਸੋ? ਬਹੁਤ ਵਧੀਆ, ਤੁਸੀਂ ਕਿੱਦਾਂ? ਬਹੁਤ ਵਧੀਆ, ਫਸਟ ਕਲਾਸ ਨਜ਼ਾਰੇ ਲੈ ਕਰ ਰਹੇ ਹੋ? ਨਜ਼ਾਰੇ ਲੈ ਰਹੇ ਹਾਂ ਜ਼ਿੰਦਗੀ ਦੇ। ਕਿੱਦਾਂ ਨਜ਼ਾਰੇ ਲੈ ਰਹੇ ਹੋ? ਦੇਖ ਰਹੇ ਹਾਂ ਦੁਨੀਆਦਾਰੀ, ਸਾਰੇ ਰੰਗ ਲੇਕ ਤੇ ਆ ਕੇ। ਹਾਂਜੀ ਹਾਂਜੀ, ਲੈ ਕੇ ਲੈ ਕੇ ਆ ਗਏ ਨਾ। ਅੱਛਾ, ਕਿਹੜੇ ਨਜ਼ਾਰੇ ਦੇਖੇ, ਕੀ ਦੁਨੀਆਦਾਰੀ ਦੇਖੀ? ਪਾਣੀ, ਮਾਹੌਲ, ਵਾਤਾਵਰਨ। ਹਾਂ, ਪੋਤਰ ਪੰਜਾਬ ਬਹੁਤ।
ਅਬੋਹਰ ਤੋਂ ਤੁਸੀਂ ਫਾਜ਼ਿਲਕਾ ਤੋਂ ਜੀ ਫਾਜ਼ਿਲਕਾ ਤੋਂ ਇੱਥੇ ਕੀ ਕਰਦੇ ਹੋ ਇੱਥੇ ਸਟੱਡੀ ਕਰਦੇ ਹਾਂ ਕ੍ਰਿਕਟ ਵੀ ਖੇਡਦੇ ਹਾਂ ਅੱਛਾ ਤੇ ਤੁਸੀਂ ਯੂਟੀ ਸੇ ਕ੍ਰਿਕਟ ਪਲੇਅਰ ਆ ਚੰਡੀਗੜ੍ਹ ਦੇ ਵੈਰੀ ਨਾਈਸ ਅੱਛਾ ਤੇ ਹੁਣ ਮੈਂ ਤੁਹਾਨੂੰ ਵੈਸੇ ਤੁਸੀਂ ਫਿਲਮਾਂ ਫਿਲਮਾਂ ਦੇਖਦੇ ਹੋ ਹਾਂਜੀ ਹਾਂਜੀ ਕਿੱਦਾਂ ਦੀਆਂ ਫਿਲਮਾਂ ਪਸੰਦ ਆ ਪੰਜਾਬੀ ਪੰਜਾਬੀ ਤੁਹਾਨੂੰ ਹਿੰਦੀ ਅੱਛਾ ਬਾਲੀਵੁੱਡ ਕਿਹੜੇ ਜੋਨਰ ਦੀਆਂ ਫਿਲਮਾਂ ਪਸੰਦ ਆ ਕੋਈ ਹੁੰਦੀ ਆ ਰੋਮਾਂਟਿਕ ਸੈਡ ਐਕਸ਼ਨ ਹਾਰਰ ਕਿਵੇਂ ਦੀਆਂ ਸੀਆਈਡੀ ਟਾਈਪ ਸੀਆਈਡੀ ਟਾਈਪ ਅੱਛਾ ਰੋਮਾਂਟਿਕ ਰੋਮਾਂਟਿਕ ਫਿਲਮਾਂ ਕਿਹੜ ਲੱਗਦੀਆਂ ਬਿਲਕੁਲ ਆਪੋਜ਼ਿਟ ਆ पठान फिल्म दा जदों दा गाना आया सीगा बेशरम उस तों बाद ज्यादा हाईलाइट हो गया तुहाडा इस बारे की कहना बायकॉट बॉलीवुड कई बार कहना है कि देखो दुनिया जो देखदी है ओही बोलदी है असलियत जो पता होंदा तो असलियत दसदी है हुण दुनिया जो दिखाया जांदा तो ओही बोलेगी ना हुण उहनां नूं ओही दिखाया गया तो ओही बोलणगे मतलब की दिखाया गया जो भी दिखाया गया उन्होंने जिस तरह के भी सारे की अलग अलग थिंकिंग है ना सारे के अलग अलग कमेंट आ रहे हैं तो फिल्म रिलीज होने तो बाद ही पता लगेगा ना अच्छा तो आपको क्या लगता है कि बायकॉट बॉलीवुड जो बायकॉट करना चाहिए बॉलीवुड तक नहीं क्योंकि वो तो मतलब कि मेहनत ना पूरी फिल्म कई फिल्मों तो कई कई साल लगे हुए हैं फिर ये तो मेहनत तो पानी फिर जाता नहीं मेहनत तो देखो सारे की होंगी हम अभी भी खेलते ही हाँ तो अलग अलग कमेंट अलग अलग तरह के कमेंट आते हैं ग्राउंड आप जाने तो आप बॉल च मिस हो जाती है तो भी गाला पैंदियाँ फट मतलब हैड भी है टेल भी है लोगों की बायकॉट होना चाहिए कि नहीं नहीं होना चाहिए नहीं अच्छा तुम क्या कहो नहीं होना चाहिए जी होना भी चाहिए नहीं भी होना चाहिए होना क्यों चाहिए भाई उन्हें भाई हिंदू धर्म की भी खिलाफ है चीज़ा तो बाकी फिल्म देखा तो फिर पता लगेगा ना ਹੁਣ ਦੇਖਣ ਜਾਵਾਂਗੇ ਜਦੋਂ ਰਿਲੀਜ਼ ਪੁਰਾਣੀਆਂ ਵੀ 2022 ਚ ਵੀ ਫਿਲਮਾਂ ਰਿਲੀਜ਼ ਹੋਈਆਂ ਭਾਵੇਂ ਰਕਸ਼ਾ ਬੰਧਨ ਸੀ ਜਾਂ ਫਿਰ ਲਾਲ ਸਿੰਘ ਚੱਡਾ ਅਮੀਰ ਖਾਨ ਦੀ ਤੇ ਕਰੀਨਾ ਕਪੂਰ ਦੀ ਫਿਲਮ ਸੀ ਉਦੋਂ ਵੀ ਇਹ ਚੀਜ਼ਾਂ ਟ੍ਰੈਂਡ ਕਰ ਰਹੀਆਂ ਸੀ ਕਿ ਬਾਈਕਾਟ ਬਾਲੀਵੁੱਡ ਇਹ ਹੋਰਾਂ ਦਾ ਕੰਟੈਂਟ ਚੱਕਦੇ ਆ ਮਿਸ ਗਾਈਡ ਕਰਦੇ ਆ ਜਦ ਕਿ ਉਹਦੇ ਪਿੱਛੇ ਕਈ ਕਈ ਸਾਲਾਂ ਦੀ ਮਿਹਨਤ ਵੀ ਹੁੰਦੀ ਹੈ ਹੁੰਦੀ ਹੈ ਜੀ ਵੈਸੇ ਰਕਸ਼ਾ ਬੰਧਨ ਮੂਵੀ ਜ਼ਿਆਦਾ ਖਾਸ ਸੀਗੀ ਖਾਸ ਸੀ ਦੇਖੀ ਤੁਸੀਂ ਹਾਂਜੀ ਪੂਰੀ ਦੇਖੀ ਹੈ ਜੀ ਅੱਛਾ ਕੀ ਖਾਸ ਲੱਗਿਆ ਜਿਉਂ ਭੈਣ ਔਰ ਭਰਾ ਦਾ ਪਿਆਰ ਲੱਗਿਆ ਜੀ ਉਹਦੇ 'ਚ ਲੜਦੇ ਵੀ ਹੈ ਤੇ ਲਾਸਟ 'ਚ ਪਿਆਰ ਵੀ ਕਰਦੇ ਆ ਜੀ ਤੁਹਾਡੇ ਸਿਸਟਰ ਹੈਗੇ ਆ ਹਾਂਜੀ ਹੈਗੇ ਆ ਛੋਟੇ ਵੱਡੇ ਆ ਜੀ ਕਿੰਨਾ ਕੁ ਲੜਦੇ ਹੋ ਪੂਰਾ ਲੜਦੇ ਆ ਜੀ ਹੁਣ ਤਾਂ ਵਿਆਹ ਹੋ ਗਿਆ ਸਿਸਟਰ ਦਾ ਵੈਸੇ ਅੱਛਾ ਪਹਿਲੇ ਵਿਆਹ ਤੋਂ ਪਹਿਲਾਂ ਬਾਬਾ ਕੌਣ ਗਾਉਂਦਾ ਸੀ ਪਹਿਲਾਂ ਮੈਂ ਹੀ ਗਾਉਂਦਾ ਜੀ ਅੱਛਾ ਠੀਕ ਜਦੋਂ ਤੱਕ ਵਿਆਹ ਨਹੀਂ ਹੋਇਆ ਸੀ ਉਦੋਂ ਤੱਕ ਬਾਬਾ ਲੜਦੇ ਸੀ ਜਦੋਂ ਹੁਣ ਵਿਆਹ ਹੋ ਗਿਆ ਨਾ ਹੁਣ ਨਹੀਂ ਲੜਦੇ ਹੁਣ ਯਾਦ ਹੀ ਆਉਂਦੀ ਹੈ ਨਾ ਭੈਣ ਦੀ ਚਲੋ ਠੀਕ ਆ ਕਿੱਦਾਂ ਜੀ ਠੀਕ ਹੋ ਹਾਂਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਤੁਸੀਂ ਕਿੱਥੋਂ ਹੋ ਫਾਈਨ ਹਾਂਜੀ ਵਧੀਆ ਕਿੱਥੋਂ ਤੇ ਹੋ ਅਸੀਂ ਬੈਲਜੀਅਮ ਤੋਂ ਆਏ ਆ ਜੀ ਅੱਛਾ ਜੀ ਬੈਲਜੀਅਮ ਤੋਂ ਇੱਥੇ ਇੱਥੋਂ ਕਿੱਥੋਂ ਅਸੀਂ ਰੋਪੜ ਡਿਸਟ੍ਰਿਕਟ ਤੋਂ ਤੇ ਇੱਥੇ ਚੰਡੀਗੜ੍ਹ ਘੁੰਮਣ ਆਏ ਹੋ ਨਹੀਂ ਸਾਡਾ ਮੋਹਾਲੀ ਘਰ ਹੈਗਾ ਜੀ ਮੋਹਾਲੀ ਹਾਂਜੀ ਤੇ ਤਿੰਨੋਂ ਬੈਲਜੀਅਮ ਤੋਂ ਆਏ ਹੋ ਤੁਸੀਂ ਦੋਨੋਂ ਆਏ ਆ ਜੀ ਅੱਛਾ ਜੀ ਤੁਸੀਂ ਮੈਂ ਵੀ ਬੈਲਜੀਅਮ ਤੋਂ ਆਈ ਹੈ ਮੈਂ ਇੱਥੋਂ ਮੋਹਾਲੀ ਤੋਂ ਤੁਸੀਂ ਮੋਹਾਲੀ ਆ ਅੱਛਾ ਠੀਕ ਹੈ ਜੀ ਫਿਲਮਾਂ ਦੇਖਣੀਆਂ ਪਸੰਦ ਕਰਦੇ ਹੋ ਹਾਂਜੀ ਦੇਖਦੇ ਆ ਜੀ ਕਿਵੇਂ ਦੀਆਂ ਫਿਲਮਾਂ ਵਧੀਆ ਲੱਗਦੀਆਂ ਫਿਲਮਾਂ ਕਾਮੇਡੀ ਹੋ ਗਈ ਜਾਂ ਫਿਰ ਫੈਮਿਲੀ ਵਾਲੀ ਮੂਵੀਜ਼ ਜਿਹੜੀਆਂ ਹੋ ਗਈ ਓਕੇ ਹਾਲੀਵੁੱਡ ਪੰਜਾਬੀ ਸਾਊਥ ਕਿਹੜੀਆਂ ਸਾਰੀਆਂ ਦੇਖੀਆਂ ਬਾਲੀਵੁੱਡ ਵੀ ਪੰਜਾਬੀ ਵੀ ਹਾਲੀਵੁੱਡ ਵੀ ਸਾਰੀਆਂ ਦੇਖੀਆਂ ਅੱਛਾ ਤੁਹਾਨੂੰ ਕਿਵੇਂ ਦੀਆਂ ਫਿਲਮਾਂ ਦੇਖਣੀਆਂ ਵਧੀਆ ਲੱਗਦੀਆਂ ਸਾਰੀਆਂ ਸਾਰੇ ਟਾਈਪ ਦੀਆਂ ਤੁਹਾਨੂੰ ਮੈਨੂੰ ਪੰਜਾਬੀ ਤਾਂ ਹਿੰਦੀ ਪੰਜਾਬੀ ਅੱਛਾ ਜਿੱਦਾਂ ਹੁਣ ਬਾਲੀਵੁੱਡ ਦਾ ਜਿਹੜਾ ਬਾਈਕਾਟ ਬਾਲੀਵੁੱਡ ਟ੍ਰੈਂਡ ਕਰ ਰਿਹਾ ਆ ਪਿਛਲੇ ਸਾਲ ਵੀ ਜਦੋਂ ਟ੍ਰੈਂਡ ਕਰ ਰਿਹਾ ਸੀ ਕਈ ਫਿਲਮਾਂ ਨੂੰ ਨੁਕਸਾਨ ਹੋਇਆ ਲੋਕੀ ਥੀਏਟਰ 'ਚ ਹੀ ਨਹੀਂ ਪਹੁੰਚੇ ਕਿਉਂਕਿ ਮੇਕਰਸ ਦੀ ਮਿਹਨਤ ਵੀ ਹੁੰਦੀ ਆ ਹੈ ਨਾ ਅਤੇ ਹੁਣ ਵੀ ਜਿਹੜਾ ਪਠਾਨ ਤੋਂ ਬਾਅਦ ਜ਼ਿਆਦਾ ਜਿਹੜਾ ਟ੍ਰੈਂਡ ਹੋ ਗਿਆ ਬਾਈਕਾਟ ਬਾਲੀਵੁੱਡ ਹੈ ਨਾ ਕੀ ਕਹੋਗੇ ਇਹਦੇ ਬਾਰੇ ਦੇਖੋ ਜੀ ਬਾਈਕਾਟ ਤਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਫਿਲਮ ਦੇ ਪਿੱਛੇ ਸਾਰੇ ਕਲਾਕਾਰ ਆ ਉਹਨਾਂ ਦੀ ਰੋਜ਼ੀ ਰੋਟੀ ਹੈਗੀ ਹੈ ਸਾਰਾ ਹੈਗਾ ਦੇਖੋ ਇਹਨੂੰ ਤੁਸੀਂ ਬਾਈਕਾਟ ਕਰੋ ਤੁਸੀਂ ਨਹੀਂ ਦੇਖਣੀ ਤੁਸੀਂ ਆਪਣਾ ਪਰਸਨਲ ਵਿਊ ਹੈਗਾ ਪਰ ਕਿਸੇ ਪਾਰਟੀਕੂਲਰ ਰੀਜ਼ਨ ਦੇ ਨਾਲ ਫਿਲਮ ਨੂੰ ਜੋੜਨਾ ਹੈ ਧਰਮ ਨਾਲ ਜੋੜਨਾ ਉਹ ਗਲਤ ਹੈ ਤੁਸੀਂ ਪੂਰੇ ਬਾਲੀਵੁੱਡ ਨੂੰ ਕਿਸੇ ਇੱਕ ਬੰਦੇ ਲਈ ਇੱਕ ਬੰਦੇ ਦੀ ਸੋਚ ਕਰਕੇ ਬਾਈਕਾਟ ਨਹੀਂ ਕਰਨਾ ਚਾਹੀਦਾ ਮੇਰਾ ਤਾਂ ਇਹ ਖਿਆਲ ਹੈ ਤੁਸੀਂ ਦੇਖਣੀ ਹੈ ਫਿਲਮ ਦੇਖੋ ਨਹੀਂ ਦੇਖਣੀ ਦੂਜਿਆਂ ਨੂੰ ਫੋਰਸ ਨਾ ਕਰੋ ਆਪ ਦੇਖਣ ਨਾ ਜਾਓ ਜਿੱਦਾਂ ਪਿਛਲੇ ਸਾਲ ਰਕਸ਼ਾ ਬੰਧਨ ਅਕਸ਼ੇ ਕੁਮਾਰ ਦੀ ਫਿਲਮ ਰਿਲੀਜ਼ ਹੋਈ ਸੀ ਉਦੋਂ ਵੀ ਕਾਫੀ ਟ੍ਰੈਂਡ ਕਰ ਰਿਹਾ ਸੀ ਬਾਈਕਾਟ ਬਾਲੀਵੁੱਡ ਹੈ ਨਾ ਫਿਰ ਜਿਹੜੀ ਲਾਲ ਸਿੰਘ ਚੱਡਾ ਫਿਲਮ ਆਈ ਸੀਗੀ ਆਮਿਰ ਖਾਨ ਦੀ ਕਰੀਨਾ ਕਪੂਰ ਖਾਨ ਦੀ ਉਹ ਵੀ ਉਦੋਂ ਵੀ ਟ੍ਰੈਂਡ ਕਰ ਰਿਹਾ ਸੀ ਉਹਨੂੰ ਵੀ ਨੁਕਸਾਨ ਹੋਇਆ ਉਹ ਫਿਲਮਾਂ ਵੈਸੇ ਤੁਸੀਂ ਦੇਖੀਆਂ ਹਾਂਜੀ ਦੇਖੀਆਂ ਹੋਈਆਂ ਕਿਵੇਂ ਦੀਆਂ ਲੱਗੀਆਂ ਫਿਲਮਾਂ ਠੀਕ ਸੀਗੀਆਂ ਐਵੇਂ ਕਹੀਏ ਕਿ ਬਹੁਤ ਵਧੀਆ ਸੀ ਆਮਿਰ ਖਾਨ ਦੇ ਲੈਵਲ ਦੀ ਮੂਵੀ ਤਾਂ ਨਹੀਂ ਸੀਗੀ ਲਾਲ ਸਿੰਘ ਚੱਡਾ ਬਟ ਅਸੀਂ ਕਹੀਏ ਕਿ ਬਾਈਕਾਟ ਕਰਨੇ ਵਾਲਾ ਮੈਨੂੰ ਤਾਂ ਕੁਝ ਜ਼ਿਆਦਾ ਕੁਝ ਲੱਗਿਆ ਨਹੀਂਗਾ ਕਿ ਬਾਈਕਾਟ ਕਰਨੇ ਵਾਲਾ ਬਿਲਕੁਲ ਤੁਸੀਂ ਕੀ ਕਹੋਗੇ ਨਹੀਂ ਠੀਕ ਹੈ ਦੇਖਣਾ ਨਹੀਂ ਆਪਣੇ ਔਡੀਅੰਸ ਅਗਰ ਤੁਹਾਨੂੰ ਅੱਛੀ ਲੱਗਦੀ ਦੇਖੋ ਅਗਰ ਨਹੀਂ ਲੱਗਦੀ ਨਾ ਦੇਖੋ ਮੇਰਾ ਵੀ ਇਹੀ ਰਾਜ਼ ਇਹੀ ਆ ਮਤਲਬ ਜੇ ਸੇਮ ਵਿਊ ਆ ਵੈਸੇ ਜਿੱਦਾਂ ਬਾਈਕਾਟ ਬਾਲੀਵੁੱਡ ਦਾ ਇਸ ਕਰਕੇ ਵੀ ਟ੍ਰੈਂਡ ਕਰ ਰਿਹਾ ਇੱਕ ਤਾਂ ਕਹਿੰਦੇ ਕਿ ਲੱਚਰਤਾ ਫਲਾਉਂਦੇ ਆ ਦੂਸਰਾ ਕਹਿੰਦੇ ਆ ਕਿ ਕੰਟੈਂਟ ਨਹੀਂ ਲੈ ਕੇ ਆ ਰਹੇ ਤੁਹਾਨੂੰ ਲੱਗਦਾ ਕਿ ਬਾਲੀਵੁੱਡ 'ਚ ਕੰਟੈਂਟ ਨਹੀਂ ਆ ਰਿਹਾ
ਨਹੀਂ ਦੇਖੋ ਜੀ, ਟੂ ਬੀ ਵੈਰੀ ਫਰੈਂਕ, ਕੰਟੈਂਟ ਉਨਾ ਤਾਂ ਨਹੀਂ ਆ ਰਿਹਾ ਜਿੰਨਾ ਤੁਸੀਂ ਸਾਊਥ ਨਾਲ ਕੰਪੇਅਰ ਕਰੋਗੇ ਜੇ, ਜਾਂ ਹਾਲੀਵੁੱਡ ਨਾਲ ਕੰਪੇਅਰ ਕਰੋਗੇ। ਸੇਮ ਚੀਜ਼ਾਂ ਰਿਪੀਟ ਕਰ ਰਹੇ, ਜੇ ਅਸੀਂ ਲਾਲ ਸਿੰਘ ਚੱਡਾ ਦੀ ਗੱਲ ਕਰੀਏ, ਉਹ ਫੋਰੈਸਟ ਗੰਪ ਸੇਮ ਕਾਪੀ ਆ, ਜੋ ਉਹਦੇ ਵਿੱਚ ਸੀਗਾ ਉਸ ਨਹੀਂ ਇੰਡੀਅਨ ਆਰਮੀ 'ਚ ਕਾਪੀ ਕਰ ਸਕਦੇ। ਬਟ ਅਗੇਨ ਉਹਨੂੰ ਬਾਈਕਾਟ ਕਰਨਾ ਉਹ ਤੁਹਾਡੀ ਰਾਏ ਆ, ਕਿਸੇ ਥੋਪਣਾ ਤੁਸੀਂ ਟ੍ਰੈਂਡ ਚਲਾ ਦਿਓ, ਉਹ ਮੇਰੇ ਖਿਆਲ 'ਚ ਉਹ ਗੱਲ ਸਹੀ ਨਹੀਂ ਹੈਗੀ। ਜਿੱਦਾਂ ਥੀਏਟਰ 'ਚ ਜਾ ਕੇ ਜੇ ਫਿਲਮ ਰਿਲੀਜ਼ ਹੁੰਦੀ ਆ, ਫਿਰ ਉੱਥੇ ਜਾ ਕੇ ਵੀ ਹੁੰਦਾ ਹੈ ਨਾ ਕਿ ਨਹੀਂ ਦੇਖਣੀ ਕਿਸੇ ਨੇ ਫਿਲਮ, ਜਿਹੜੇ ਦੇਖਣ ਆਏ ਹੁੰਦੇ ਉਹਨਾਂ ਨੂੰ ਵੀ ਬਾਹਰ ਭੇਜ। ਇਹ ਤਾਂ ਗਲਤ ਹੈ ਜੀ, ਇਹ ਤਾਂ ਬਿਲਕੁਲ ਗਲਤ ਹੈ, ਇਹ ਤਾਂ ਨਹੀਂ ਹੋਣਾ ਚਾਹੀਦਾ ਬਿਲਕੁਲ। ਹਾਂ ਬਿਲਕੁਲ ਗਲਤ ਹੈ, ਖੁਦ ਹੀ ਸੋਚ ਹੈ ਨਾ, ਖੁਦ ਵੀ ਕੱਲ੍ਹ ਤੱਕ ਰੱਖੋ, ਦੂਸਰੇ 'ਤੇ ਕਿਉਂ ਥੋਪਣੀ। ਕਿੱਦਾਂ ਜੀ, ਠੀਕ ਹੋ? ਹਾਂਜੀ ਵਧੀਆ। ਤੁਸੀਂ ਕਿੱਦਾਂ, ਠੀਕ ਹੋ? ਵੈਲ ਜੀ ਵੈਲ। ਇੱਥੋਂ ਦੇ ਮੋਹਾਲੀ ਦੇ? ਅਸੀਂ ਜ਼ੀਰਕਪੁਰ ਰਹਿੰਦੇ ਹਾਂ ਜੀ। ਜ਼ੀਰਕਪੁਰ ਰਹਿੰਦੇ ਹੋ, ਇੱਧਰ ਹੁਣ ਚੰਦ ਇੱਥੇ ਲੇਕ 'ਤੇ ਘੁੰਮਣ ਆਏ ਹੋ? ਹਾਂ, ਅਸੀਂ ਕੰਮ ਆਏ ਸੀ ਇੱਥੇ 26 ਸੈਕਟਰ, ਫਿਰ ਅਸੀਂ ਸੋਚਿਆ ਚਲੋ ਫ੍ਰੀ ਹਾਂ ਇੱਥੇ ਆ ਗਏ। ਅੱਛਾ, ਕੀ ਕਰਦੇ ਹੋ ਤੁਸੀਂ? ਮੇਰੀ ਇੱਥੇ ਕੰਪਨੀ ਹੈ ਜੀ ਆਪਦੀ, ਆਈ ਟੀ ਕੰਪਨੀ। ਠੀਕ ਹੈ, ਤੁਸੀਂ? ਮੈਂ ਗਵਰਨਮੈਂਟ ਕਾਲਜ ਟੀਚਰ ਹਾਂ, ਲੈਕਚਰਾਰ ਦੀ ਤਰ੍ਹਾਂ ਕੰਮ ਕਰ ਰਹੀ ਹਾਂ। ਅੱਛਾ, ਓਕੇ। ਅੱਛਾ, ਮੈਂ ਨਾ ਜਿੱਦਾਂ ਬਾਈਕਾਟ ਬਾਲੀਵੁੱਡ ਟ੍ਰੈਂਡ ਕਰ ਰਿਹਾ ਆ, ਹੈ ਨਾ, ਪਿਛਲੇ ਸਾਲ ਵੀ ਟ੍ਰੈਂਡ ਕਰ ਰਹੇ ਸੀ, ਕਈ ਫਿਲਮਾਂ ਜਿਨ੍ਹਾਂ ਨੂੰ ਕਾਫੀ ਟਾਈਮ ਲੱਗਿਆ ਬਣਾਉਣ ਦੇ ਵਿੱਚ, ਉਹਨਾਂ ਨੂੰ ਵੀ ਨੁਕਸਾਨ ਹੋਇਆ, ਅਤੇ ਹੁਣ ਜਿਹੜੇ ਫਿਲਮੀ ਸਿਤਾਰੇ ਬਾਲੀਵੁੱਡ ਦੇ, ਉਹਨਾਂ ਦਾ ਕਹਿਣਾ ਕਿ ਨਹੀਂ ਬਾਈਕਾਟ ਕਰਨਾ ਚਾਹੀਦਾ, ਸਾਡੀ ਬਹੁਤ ਮਿਹਨਤ ਹੁੰਦੀ ਹੈ, ਤੁਹਾਡਾ ਕੀ ਕਹਿਣਾ ਇਸ ਬਾਰੇ? ਮੇਰੇ ਖਿਆਲ ਨਾਲ ਬਾਲੀਵੁੱਡ ਬਾਈਕਾਟ ਵਾਲਾ ਸਿਸਟਮ ਮੈਨੂੰ ਠੀਕ ਨਹੀਂ ਲੱਗ ਰਿਹਾ। ਆਡੀਅੰਸ 'ਤੇ ਛੱਡ ਦੇਣਾ ਚਾਹੀਦਾ ਹੈ ਕਿ ਜਿਹੜਾ ਆਡੀਅੰਸ ਨੂੰ ਪਸੰਦ ਆ ਜਾਏਗਾ ਮੂਵੀ ਦੇਖਣ, ਜਿਹਨੂੰ ਨਹੀਂ ਪਸੰਦ ਨਹੀਂ ਜਾਏਗਾ। ਆ ਬਾਈਕਾਟ ਐਵੇਂ ਵੀ ਹੋ ਸਕਦਾ ਨਾ, ਇੱਕ ਤੁਹਾਡੇ ਖਿਲਾਫ ਸਾਜਿਸ਼ ਚੱਲ ਰਹੀ ਹੈ, ਮੰਨ ਲਓ ਇੱਕ ਗੈਂਗ ਬਣ ਗਿਆ, ਜਿਵੇਂ ਕੋਈ ਮੰਨ ਲਓ ਕੋਈ ਯੰਗ ਕੋਈ ਡਾਇਰੈਕਟਰ ਹੈ, ਉਹਨੇ ਮੂਵੀ ਆਪਦੀ ਸ਼ੁਰੂ ਕੀਤੀ ਬਹੁਤ ਮਿਹਨਤ ਨਾਲ ਬਣਾਈ, ਉਹਨੂੰ ਕੋਈ ਜਾਣਦਾ ਨਹੀਂ, ਪਰ ਉਹਦੀ ਮੂਵੀ ਬਹੁਤ ਵਧੀਆ ਹੈ, ਤਾਂ ਉਹਨੂੰ ਵੀ ਕੋਈ ਬਾਈਕਾਟ ਕਰਦੇ ਕੋਈ ਵੱਡਾ ਗੈਂਗ, ਤਾਂ ਉਹਦੀ ਮੂਵੀ ਫਲੋਪ ਹੋ ਸਕਦੀ ਹੈ ਪਹਿਲਾਂ ਹੀ। ਪਰ ਜਿਹੜੀਆਂ ਵਧੀਆ ਮੂਵੀਆਂ ਉਹ ਚੱਲਦੀਆਂ ਹੀ ਹੈ ਵੈਸੇ ਤਾਂ, ਪਰ ਫਿਰ ਵੀ ਬਾਈਕਾਟ ਨਾਲ ਬਾਇਸ ਹੋ ਜਾਂਦਾ, ਉਹ ਨਹੀਂ ਹੋਣਾ ਚਾਹੀਦਾ। ਮੇਰਾ ਵੀ ਇਹ ਖਿਆਲ ਹੈ ਕਿ ਬਾਇਸਨੈਸ ਨਹੀਂ ਜਾਣਾ ਚਾਹੀਦਾ, ਅਤੇ ਬਾਈਕਾਟ ਇਜ਼ ਨੋਟ ਗੁੱਡ, ਵੀ ਸ਼ੁੱਡ ਨੋਟ ਗੋ ਫੋਰ ਦੈਟ। ਐਂਡ ਇਹ ਵਧੀਆ ਜਿਹੜਾ ਸਿਸਟਮ ਚੱਲ ਰਿਹਾ, ਜਿਹਨਾਂ ਨੂੰ ਜੋ ਪਸੰਦ ਹੈ ਉਹ ਦੇਖ ਸਕਦੇ ਨੇ, ਉਹ ਕਰ ਸਕਦੇ ਨੇ, ਅਤੇ ਬਾਈਕਾਟ ਨਹੀਂ ਕਰਨਾ ਚਾਹੀਦਾ। ਪਿਛਲੇ ਸਾਲ ਵੀ ਇਹ ਕਾਫੀ ਟ੍ਰੈਂਡ ਕਰ ਰਿਹਾ ਸੀ, ਪਿਛਲੇ ਸਾਲ ਤੋਂ ਹੀ ਜ਼ਿਆਦਾ ਹੈ, ਹੁਣ ਹਾਈਲਾਈਟ ਤਾਂ ਹੋ ਗਿਆ ਪਠਾਨ ਫਿਲਮ ਦਾ, ਜਦੋਂ ਬੇਸ਼ਰਮ ਗਾਣਾ ਆਇਆ ਸੀ ਉਦੋਂ ਕਿ ਕਾਫੀ ਲੱਚਰ ਤਾਂ ਫਲਾਈ ਜਾ ਰਹੀ ਜੇ ਵੋ। ਜਿਵੇਂ ਮਤਲਬ ਜ਼ਿਆਦਾ ਵਲਗੈਰਿਟੀ ਅਗਰ ਦਿਖਾਓਗੇ ਤੁਸੀਂ ਕਿਸੇ ਵੀ ਮੂਵੀ 'ਚ, ਤਾਂ ਉਹ ਡਾਇਰੈਕਟਰਸ ਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਅਗਰ ਇੱਕ ਲੈਵਲ ਤੋਂ ਉੱਤੇ ਜ਼ਿਆਦਾ ਲਿਮਿਟ ਕ੍ਰੋਸ ਕਰਨਗੇ ਤਾਂ ਉਹ ਮੂਵੀ ਬਾਈਕਾਟ ਹੋ ਸਕਦੀ ਹੈ, ਤਾਂ ਉਹ ਉਹਨਾਂ ਵਾਸਤੇ ਵਾਰਨਿੰਗ ਵੀ ਹੈਗੀ ਹੈ। ਤਾਂ ਕਰਕੇ ਮਤਲਬ ਬਾਈਕਾਟ ਇਸ ਅਗਰ ਐਵੇਂ ਦੇਖੇ ਤਾਂ ਇਹਦਾ ਠੀਕ ਵੀ ਹੈ, ਪਰ ਉਹੀ ਹੈ ਨਾ, ਹੁਣ ਹਰ ਚੀਜ਼ ਦੀ ਲਿਮਿਟ ਹੋਣੀ ਚਾਹੀਦੀ ਹੈ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਤਾਂ ਕਰਕੇ ਨਾ ਮਤਲਬ ਡਾਇਰੈਕਟਰ ਨੂੰ ਵੀ ਲਿਮਿਟ 'ਚ ਹੋਣਾ ਚਾਹੀਦਾ, ਉਹ ਹਾਂ ਆਪਦਾ ਐਕਸਪ੍ਰੈਸ ਕਰਨ ਵਿਊਜ਼, ਪਰ ਇੰਡੀਅਨ ਦੇ ਆਡੀਅੰਸ ਦੇ ਹਿਸਾਬ ਨਾਲ, ਕਿ ਉਹ ਬਹੁਤ ਜ਼ਿਆਦਾ ਵਲਗੈਰਿਟੀ ਵੀ ਨਾ ਦਿਖਾਣ, ਇੱਕ ਲਿਮਿਟ ਤੱਕ ਜਿੰਨਾ ਐਕਸੈਪਟ ਕਰਨ, ਪੇਰੈਂਟਸ ਨਾਲ ਮੂਵੀ ਦੇਖ ਸਕਦੇ ਹੋ ਤੁਸੀਂ ਉਹਨਾਂ। ਇਸ ਗਾਣੇ ਦੇ ਬਾਰੇ ਜਾਂ ਇਹਦੇ ਕਰਕੇ ਹੀ ਜ਼ਿਆਦਾ ਹਾਈਲਾਈਟ ਹੋਇਆ? ਐਕਚੁਅਲੀ ਆਈ ਐਮ ਨੋਟ ਨੋਨ ਅਬਾਊਟ ਦਿਸ ਸੌਂਗ। ਵੈਸੇ ਕਿਵੇਂ ਦੀਆਂ ਫਿਲਮਾਂ ਦੇਖਣੀਆਂ ਪਸੰਦ ਕਰ? ਯਾ ਆਈ ਜਸਟ ਲਾਈਕ ਫੈਮਿਲੀ ਮੂਵੀਜ਼ ਓਨਲੀ, ਯਾ ਔਰ ਪੰਜਾਬੀ ਹਾਲੀਵੁੱਡ ਜਾਂ ਕਿਹੜੀਆਂ? ਬਾਲੀਵੁੱਡ। ਬਾਲੀਵੁੱਡ ਤੁਸੀਂ? ਮੈਂ ਬਹੁਤ ਮੈਂ ਬਹੁਤ ਵਧੀਆ ਦੱਸੋ ਹਰ ਤਰ੍ਹਾਂ ਦੀਆਂ ਜ਼ਿਆਦਾ ਮੈਨੂੰ ਐਜੂਕੇਟਿਵ ਅੱਛੀਆਂ ਲੱਗਦੀਆਂ। ਹੁਣ ਜਿੱਦਾਂ ਬਾਈਕਾਟ ਬਾਲੀਵੁੱਡ ਟ੍ਰੈਂਡ ਕਰ ਰਿਹਾ ਆ, ਹੈ ਨਾ, ਕਿ ਫਿਲਮਾਂ ਨੂੰ ਬਾਈਕਾਟ ਕਰ ਦਿਉ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਆ? ਮੇਰਾ ਕਹਿਣਾ ਹੈ ਕਿ ਬਾਈਕਾਟ ਕਰਨ ਦੀ ਜ਼ਰੂਰਤ ਨਹੀਂ ਹੈ, ਬਟ ਇਹ ਜ਼ਰੂਰ ਹੈ ਕਿ ਜਿਹੜਾ ਬਹੁਤ ਹੀ ਛੋਟਾ ਸਰਕਲ ਹੋ ਗਿਆ ਬਾਲੀਵੁੱਡ ਦਾ, ਟੈਲੈਂਟ ਤਾਂ ਅਸੀਂ ਇੰਨੇ ਪਾਪੂਲੇਸ਼ਨ ਹੈਗੀ ਹੈ, ਤਾਂ ਜ਼ਿਆਦਾ ਲੋਕਾਂ ਨੂੰ ਇਨਕਲੂਸਿਵ ਹੋਣਾ ਚਾਹੀਦਾ ਉਹਦੇ ਵਿੱਚ, ਇਹਨਾਂ ਲੋਕਾਂ ਨੂੰ। ਐ ਨਹੀਂ ਕਿ ਬਸ ਉਹੀ ਚੱਲੇ ਜਾ ਰਹੇ ਆ, ਉਹੀ ਖਾਨ ਹੈ, ਉਹੀ ਕਪੂਰ ਹੈ, ਉਹੀ ਨਾ, ਨਵਿਆਂ ਨੂੰ ਮੌਕਾ ਦੇਣਾ ਚਾਹੀਦਾ ਹੈ। ਔਰ ਬਹੁਤ ਮੈਨੂੰ ਲੱਗਦਾ ਬਾਲੀਵੁੱਡ ਦਾ ਬਹੁਤ ਅਸਰ ਹੈ ਸਾਡੇ ਉੱਪਰ ਨਾ, ਤਾਂ ਚੀਜ਼ਾਂ ਜਿਹੜੀਆਂ ਹੋਰ ਬਹੁਤ ਬਹੁਤ ਸਾਰੀ ਚੀਜ਼ਾਂ ਹੋ ਰਹੀਆਂ ਦੁਨੀਆ ਵਿੱਚ ਵੀ, ਇੰਡੀਆ ਵਿੱਚ ਵੀ, ਅਤੇ ਅੱਛਾਈ ਫੈਲਾਉਣੀ ਚਾਹੀਦੀ ਹੈ ਬਾਲੀਵੁੱਡ ਦੇ ਥਰੂ, ਜੋ ਐਂਡ ਹੋਰ ਟੈਲੈਂਟ ਆਉਣਾ ਚਾਹੀਦਾ ਹੈਗਾ। ਹੁਣ ਓ ਟੀ ਟੀ ਵਿੱਚ ਕਿੰਨਾ ਟੈਲੈਂਟ ਆ ਰਿਹਾ, ਇਹਦਾ ਮਤਲਬ ਕਿੰਨਾ ਸੀਗਾ, ਤਾਂ ਉਹ ਇੱਕੋ ਹੀ ਲਤਾ ਮੰਗੇਸ਼ਕਰ, ਆਸ਼ਾ ਭੋਸਲੇ ਕਿਉਂ ਸੀਗੀਆਂ, ਹੈ ਨਾ, ਹੋਰ ਵੀ ਲੋਕ ਹੈਗੇ ਹੈ,
हो तो इनू वधाओ वाइड करो इनू इना छोटा बना के नहीं रखो। बहुत सोहनी गल की कि नवयां नू मौका देना चाहिए तो पिछे जे नैपोटिज्म दे करके हो गया सीगा क्योंकि जेडे फिल्मी सितारे उन्होंने अगे जेडे बच्चे आ उन्होंने ही फिल्म ज़्यादा हो गया उन्हां विच ना असी जनता ने ही उन्होंने खड़ा किया तो जनता जनता ही हुणे बायकॉट कर रही है तो मैं लगता है कि बॉलीवुड के थ्रू अच्छे मैसेजेस दो बिकॉज उसका इंपैक्ट बहुत ज़्यादा हैगा साढ़े उपर सारे उपर सत्सा बुरा ही दिखाते अच्छी भी होंगे है ना तो बहुत सारे मैसेजेस जा सकते हैं एंड इंडिया हूँ अगे वधाओ बायकॉट बुईकॉट ये सब छड़ो जरूर है कि मैं बोलती हाँ सारियां नूं कि हो टैलेंट टू इनकलूसिव हो मतलब तुहानूं लगता कि कंटेंट नहीं आ रहा बॉलीवुड च नहीं आ रहा वही शाहरुख खान बावां फैला के जड़ा शुरू होया सी हुण तक वही है मेरे तो वड्डी उम्र दा है मैं सस बनन वाली हाँ है ना तो हो गया इनफ छोटे बच्चों अगे वधाओ है ना तुसी कमा भी लिया बहुत हुण है ना हुण दूजियां नूं चांस दो असी बोर हो गए वही देख देख के शाहरुख खान भी बहुत अच्छी चीज़ा कर सकता है ठीक है ना थोड़ा उदा हुण इन्ना इंपैक्ट हैगा कुछ होर अच्छा करो उन्होंने ये होना ना हीरो दा करैक्टर करांगे फादर दा क्यों करिए हाँ वो फिर मतलब हुण असी बोर हो गए तुहाडे कोलों है ना मैं इस करके नहीं बोल रही कि मैं उसकी उम्र दी हाँ है ना मैं इस करके बोल रही कि होर भी बच्चे इन्ने टैलेंटेड है चांस ही नहीं मिलता अगर वो अच्छा करते हैं उन्होंने कट कर देंगे ए लोग है ना जेडे ग्रुपिज्म हैगा तो इस करके असी भी हुण तंग आ गए हैं चीज़ा तो वाइड करो यू नो चीज़ा नू और बॉलीवुड होर चीज़ा भी लियाओ जिदे विच एजुकेशन होए साडी जनता नू क्योंकि ये छेड़दे हैं टीवी पिक्चरां विच तां फिर मुंडे छेड़दे हैं कुड़ियां नू की मैसेज दे रहे हो कि छेड़ सकदे हैं है ना तो ये सब अच्छी अच्छी चीज़ा लैके भी आओ और वाइड रेंज करो बहुत बहुत ही ज़्यादा नैरो हो गया है सब। बायकॉट होना चाहिए नहीं होना चाहिए नहीं होना चाहिए बायकॉट बिल्कुल नहीं होना चाहिए क्योंकि GDP वधदी है अपने कंट्री की है ना जदों जापान विच बायकॉट करते हैं ना जुत्ते बनाने वाले तो एक पासे दे जुत्ते बनाते रहेंगे और दूजे पासे दे नहीं बनाते साड़ी कंट्री विच बसा तोड़ते ये तोड़ते हैं झंडे करते वो सब करन दी जरूरत नहीं है अपनी कंट्री नूं अगे वधाओ पैसे बनन दो पर जरूर है कि मैसेजेस दो ऑलसो आई विल टेल थ्रू यू कि न्यूज़पेपर विच भी अच्छी गल्लां पाओ ना इन अच्छी चीज़ा होंगे आई डोंट बिलीव इन एनी बायकॉट्स आई बिलीव कि तुसी अपने मैसेजेस जरूर दो और बोलो कि असी हुण होर लोगों भी देखना चाहते हैं बॉलीवुड विच। ओके जी थैंक यू सो मच वेलकम। तुसी बायकॉट बॉलीवुड सुनिया? हाँ बायकॉट बॉलीवुड में सुनिया। तुहानू की लगता कि होना चाहिए कि नहीं बायकॉट? बायकॉट सिर्फ उसी गल तो होना चाहिए जेड़ी गल जेन्युइनिटी नाल लगे भी आ गल साडे समाज लई किसी भी तरह गलत है हर गल का बायकॉट करना भी सही नहीं है। तुहानू की लगता कि क्यों बायकॉट किया जा रहा है बॉलीवुड? क्योंकि साड़ी संस्कृति नू पूरी तरह झंझोड़ के रखा जा रहा है इस चीज़ लिए बायकॉट शुरू होया पर जिवें हुण पठान पिक्चर का बायकॉट का एक बड़ा स्ट्रोंग मुद्दा मार्केट चल रहा है मैनू नहीं लगता भी इदां दी मूवीज़ नू बायकॉट करना चाहिए। उहदा एक गाना जिहड़ा बेशरम आया सी उस वजह करके ज़्यादा हो गया कि लचरता फैला रहा है इन बायकॉट करो जबकि पिछले कुछ सालों तो खास करके पिछले साल भी बायकॉट बॉलीवुड किया गया कुछ फिल्मां जिहड़ियां काफ़ी सालों तो बन रही उन्होंने भी काफ़ी नुकसान होया तो मेकरस का भी यह कहना ईवन हुण जिहड़े फिल्मी सितारे आ सोशल मीडिया से तो खुल के बोल रहे जिहड़े पहलां अपने जिहड़े एक्सप्रैस नहीं करते फीलिंग्स कि उन्हां दीआं फिल्मां ते उन्हां ते असर पै रहा पर हुण उह एक्सप्रैस कर रहे कि बायकॉट बॉलीवुड नहीं करना चाहिए। मैं इस गल नाल बुरी तरह सहमत हाँ क्योंकि ये एक होर चीज़ का मैसेज आता भी ये कास्टिज़म का भी एक फैक्टर अपने आप ऑन हो जाता है जिवें कि अगर ये पिक्चर शाहरुख खान की है तो भी इनू बायकॉट किया जाए बायकॉट का मिशन चलाया जाए आही पिक्चर इस तो ज़्यादा वलगैरिटी असी होर इस तो पहला मूवीज देखी हैं जिहड़ियां कि कभी नोटिसेबल भी नहीं कीतियां गईयां तो ये चीज़ नहीं होनी चाहिए। ठीक है जिहड़ी चीज़ साडी सभ्यता तो परे है सानू उन्हां चीज़ां दे उन्हां मुद्दों तो सानू अवेयर होना चाहिए वो चीज़ एक अलग है बट बायकॉट करने नाल कोई गल नहीं बनती फिर सेंसर बोर्ड किस लिए बनाया इहदा मतलब भी तुहाडा सेंसर बोर्ड अपने आप च नलीफाई है वो कोई वैल्यू ही नहीं रखता जे उन्हों सेंसर बोर्ड ने परमिशन दी है तो सेंसर बोर्ड नू किसी हद तक तुसी भी परमिशन दी ही होनी है ता ही वो तुहानू सर्टिफिकेशन दे रहा है या तो फिर तुसी सेंसर बोर्ड ही खत्म कर दो तुसी
यही चला लो, आही मिशन चला लो, दो मिशन ना चलाओ, अपने भी सेंसर बोर्ड भी हैंडल करना है, उसके बाद बायकॉट मिशन भी हैंडल करना, आ दो मार चंगी नहीं है। जिदा कई नाम ही है जेडे सिर्फ अपने नाम दे करके फिल्मों नू हिट कर देंगे, उहदे विच ही शाहरुख खान का नाम भी शामिल है, तो उन्हें क्या लगता कि अपने नाम दे करके वो फिल्म हिट कर देंगे? नहीं, कोई भी कलाकार अपने नाम करके कोई भी पिक्चर हिट नहीं कर सकता, कोई भी बंदा कलाकार है तो वो अपनी कलाकारी दे दम ते ही चीज़ नू हिट कर सकता है, नाम विच कोई पावर नहीं है। कला विच पावर है, लोकां च पावर है, लोकां च पावर है, वो किस चीज़ नू सराहंदे ने उस चीज़ च पावर है, नाम दे नाल कोई नहीं। कोई एहो जिहे भी खान है जिहड़े जिन्हां दी कोई बुक्कत ही नहीं, जिन्हां नू कोई पुछ भी नहीं रहा, और कोई इदां दे भी खान है जिन्हां ने साडा नाम बुर्ज खलीफा ते भी रोशन कीता। ओके, ते अच्छा तुहानू की लगदा बॉलीवुड च कंटेंट आ रहा कि नहीं, क्योंकि कंटेंट दे करके भी हुआ है कि फिल्मां च कंटेंट नहीं आ रहा, बायकॉट कर दो? नहीं, इदां दी गल नहीं है, बहुत कंटेंट ओरिएंटेड पिक्चर भी लॉन्च हो रही हैं, एक्सपैरीमेंट किए जा रहे हैं, एक्सप्लोर किया जा रहा है, इदा आप बिल्कुल भी नहीं कह सकते। मैं कल ही मूवी देखी है जड़ी कि साडा जड़ा हॉकी का प्लेयर है उसते बनी हुई है, तो मतलब इदा नहीं आप कह सकते भी बिल्कुल कंटेंट कितने लभन ही नहीं मिल रहा और बिल्कुल ही नंग भुंगी चल रहे, ये आप नहीं कह सकते। हर तरह की मिक्स चल रही है, हूँ ऑडियंस तो हर तरह का मसाला लभदी है, और ये तो अपने ते भी तो डिपेंड करता है भी आप केड़े कंटेंट नू प्रेफर कर रहे हैं। मूवी थिएटर हर तरह की पिक्चर लग रही है, तुसी आप डिसाइड करो, तुसी पढ़े लिखे नागरिक हो भी तुसी देशभक्ति की पिक्चर देखने च इंट्रस्ट रख रहे हो या नंग बुंग च इंट्रस्ट रख रहे हो, कंटेंट हर तरह का मार्केट च अवेलेबल हुंदा ही है। चकदे हो, बायकॉट होना चाहिए कि नहीं? बायकॉट नहीं होना चाहिए। थैंक यू सो मच। थैंक यू। किदा जी, ठीक हो? बहुत वधिया जी, जय श्री राम। पहला तो सारे तुहाडे चैनल के जिन्हें भी देखने वाले आ स्रोतिया असी जय श्री राम कहने। इधर घूम आए हो? हाँ जी, नहीं साढ़ा इतने वैसे उदा कोई काम से अपना बिजनेस के अकॉर्डिंगली आए। असी डिस्ट्रिक्ट हुशियारपुर तो, मेरे को बैंक की रिकवरी का काम आ, मैं यूथ का प्रधान हाँ। फिल्मा देखते हो? हाँ जी, सारिया फिल्मा जिहड़ियां अपनी सभ्यता दे नाल होण, जिहदे विच कोई मैसेज दिता जाए, कोई किसी नूं मतलब जिहड़ा उस फिल्म नूं देख के जे कोई किसी दे विच सुधार आना चाहिए, उन्हूं बिगाड़ना नहीं चाहिए। जिदा हुण बॉलीवुड दे विच बाइकाट बॉलीवुड ट्रेंड कर रहा है, इहदे बारे की कहोगे? देखो मैडम, बॉलीवुड बाइकाट कर रहे आ, समाज कर रहे आ, उहदे विच तुसीं इक देखो ना, हर फिल्म दे विच आपां इक धर्म नूं इक जात नूं फोकस कर रहे हैं, हर वार हिंदू समाज नूं उत्थे नीमा दिखाया जांदा है। ਤੁਸੀਂ ਜਿਹੜੀਆਂ ਪਹਿਲੀਆਂ ਫਿਲਮਾਂ ਦੇਖ ਲਓ, ਉਹਦੇ ਵਿੱਚ ਸਾਡੇ ਸਮਾਜ ਨੂੰ ਇਦਾਂ ਦਾ ਦਿਖਾਇਆ ਜਾਂਦਾ ਵੀ ਇਹ ਇੱਕ ਸ਼ੁਕਲੀ ਸਮਾਜ ਆ, ਵੀ ਇਹਦੇ 'ਤੇ ਆਪਾਂ ਜਦੋਂ ਮਰਜ਼ੀ ਕੋਈ ਟਿੱਪਣੀ ਕਰ ਸਕਦੇ ਹਾਂ, ਅਤੇ ਇਸ ਕਰਕੇ ਬੋਲੀਵੁੱਡ ਬਾਈਕਾਟ ਚੱਲ ਰਿਹਾ। ਅਤੇ ਦੇਖੋ ਉਹਦੇ ਵਿੱਚ ਹੁਣ ਹੋਰ ਸੰਜੇ ਦੱਤ, ਸਨੀ ਦਿਓਲ, ਇਹਨਾਂ ਦੀਆਂ ਜਿੰਨੀਆਂ ਫਿਲਮਾਂ ਆਈਆਂ, ਇਹ ਤੁਸੀਂ ਦੇਖੋ ਪਿੱਛੇ ਜੇ ਬੋਲੀਵੁੱਡ ਦੇ ਵਿੱਚ ਕਿੰਨੇ ਨਸ਼ੇ ਦਾ ਕੰਮ ਫੜਿਆ ਗਿਆ, ਸਮਗਲਿੰਗ ਹੋ ਰਹੀ ਸੀਗੀ, ਇਹਦੇ ਵਿੱਚ ਨਾ ਕੁਛ ਬੰਦਿਆਂ ਨੇ ਜਿਹੜਾ ਬੋਲੀਵੁੱਡ ਨੂੰ ਕੈਪਚਰ ਕਰ ਲਿਆ ਆ, ਜਿਹੜੇ ਮਤਲਬ ਉਹੀ ਐਕਟਰ ਵਾਰ ਵਾਰ ਤੁਸੀਂ ਦੇਖੋ ਹਰ ਫਿਲਮ ਦੇ ਵਿੱਚ ਉਹ ਇੱਕੋ ਹੀ ਮੈਸੇਜ ਦੇ ਰਹੇ ਆ ਵੀ ਮਤਲਬ ਜਾਤੀਵਾਦ ਦਾ ਕਰ ਰਿਹਾ। ਜਿੱਦਾਂ ਪਹਿਲਾਂ ਫਿਲਮਾਂ ਚੱਲਦੀਆਂ ਸੀ ਦੇਸ਼ ਭਗਤੀ ਦਾ, ਹਰ ਕੋਈ ਬੋਲੀਵੁੱਡ ਨੂੰ ਦੇਖਦਾ ਸੀ, ਅੱਜ ਦੀ ਡੇਟ 'ਚ ਤੁਸੀਂ ਮੈਨੂੰ ਦੱਸੋ ਕਿਹੜਾ ਬੰਦਾ, ਹਰ ਕੋਈ ਬੰਦਾ ਬਾਈਕਾਟ, ਸੋਸ਼ਲ ਮੀਡੀਆ ਸਾਰਾ ਚਲਾਉਂਦੇ ਆ, ਉਹਦੇ ਵਿੱਚ ਦੇਖੋ ਕਿੱਦਾਂ ਬਾਈਕਾਟ ਚੱਲ ਰਿਹਾ। ਜਿੱਦਾਂ ਫਿਲਮਾਂ ਹੁਣ ਵੀ ਆ ਰਹੀਆਂ, ਪਿਛਲੇ ਸਾਲ ਵੀ ਕਾਫੀ ਫਿਲਮਾਂ ਦਾ ਬਾਈਕਾਟ ਕੀਤਾ ਗਿਆ ਬਾਲੀਵੁੱਡ ਦੇ, ਹੁਣ ਤਾਂ ਕਲਾਕਾਰ ਖੁਦ ਕਹਿ ਰਹੇ ਆ ਕਿ ਨਹੀਂ ਕਰਨੀਆਂ ਚਾਹੀਦੀ, ਸਾਡੀ ਬਹੁਤ ਮਿਹਨਤ ਲੱਗਦੀ ਹੈ, ਜਦੋਂ ਪਠਾਨ ਫਿਲਮ ਦਾ ਗਾਣਾ ਆਇਆ ਸੀ ਉਸ ਤੋਂ ਬਾਅਦ ਜ਼ਿਆਦਾ ਇਹ ਚੀਜ਼ ਹਾਈਲਾਈਟ ਹੋ ਗਈ। ਦੇਖੋ ਮੈਡਮ, ਅਸੀਂ ਜਦੋਂ ਵੀ ਇਹ ਫਿਲਮਾਂ ਹੋਈਆਂ ਸੀ ਇਹਨਾਂ ਦੇ ਉੱਤੇ ਕਾਫੀ ਵਾਰ ਪਰਚੇ ਵੀ ਕਰਾਏ ਆ, ਅਸੀਂ ਸੈਂਸਰ ਬੋਰਡ ਨੂੰ ਵੀ ਇਹ ਮੰਗ ਕੀਤੀ ਗਈ ਸੀ ਵੀ ਸੈਂਸਰ ਬੋਰਡ ਦੇ ਵਿੱਚ ਹਰ ਇੱਕ ਧਾਰਮਿਕ ਜਥੇਬੰਦੀ ਦਾ, ਚਾਹੇ ਉਹ ਸਿੱਖ ਜਥੇਬੰਦੀ ਹੋਵੇ, ਮੁਸਲਮਾਨ ਹੋਵੇ, ਹਿੰਦੂ ਹੋਵੇ, ਉਹਨਾਂ ਨੂੰ ਉੱਥੇ ਬਿਠਾਉਣਾ ਚਾਹੀਦਾ, ਜੇ ਉਹਨਾਂ ਨੂੰ ਲੱਗਦਾ ਵੀ ਇਹਦੇ ਵਿੱਚ ਸਾਡੇ ਸਮਾਜ ਨੂੰ ਠੇਸ ਪਹੁੰਚਦਾ। ਤੁਸੀਂ ਇੱਕ ਚੀਜ਼ ਦੇਖੋ ਨਾ, ਵਾਰ ਵਾਰ ਇੱਕੋ ਹੀ ਚੀਜ਼ ਨੂੰ ਫੋਕਸ ਕਰਨਾ, ਅਤੇ ਇਹਨਾਂ ਦੇ ਬਾਲੀਵੁੱਡ ਬਾਈਕਾਟ ਦਾ ਸਭ ਤੋਂ ਵੱਡਾ ਇਹੀ ਕਾਰਨ ਆ। ਤੁਸੀਂ ਦੇਖੋ ਪਿੱਛੇ 'ਚ ਜਿਹੜਾ ਕੋਈ ਨਵਾਂ ਮੁੰਡਾ ਇੰਡਸਟਰੀ 'ਚ ਜਾਂਦਾ ਆ, ਉਹਨੂੰ ਇੰਨਾ ਕੁ ਪ੍ਰੈਸ਼ਰੇਬਲ ਕੀਤਾ ਜਾਂਦਾ ਆ ਵੀ ਉਹਨੂੰ ਸੁਸਾਈਡ ਕਰਨਾ ਪਿਆ ਜਾ ਰਿਹਾ, ਇਹ ਇੱਕ ਗੈਂਗ ਆ। ਅਤੇ ਅਸੀਂ ਪੂਰੇ ਸਮਾਜ ਨੂੰ ਤੁਹਾਡੇ ਚੈਨਲ ਦੇ ਰਾਹੀਂ ਬੇਨਤੀ ਵੀ ਕਰਾਂਗੇ ਵੀ ਬਾਲੀਵੁੱਡ ਦਾ ਜਿਹੜਾ ਆ ਬਾਈਕਾਟ ਕਰੋ, ਤਾਂ ਜੋ ਇਹਨਾਂ ਨੂੰ ਸਮਝ ਆਵੇ ਵੀ ਅਸੀਂ ਸਮਾਜ ਨੂੰ ਤੋੜਨ ਦੀ ਗੱਲ ਕਰ ਰਹੇ ਹਾਂ। ਅਤੇ ਅਸੀਂ ਉੱਦਾਂ ਵੀ ਜਦੋਂ ਵੀ ਸ਼ਿਵਸੈਨਾ, ਆਪਾਂ ਸ਼ਿਵਸੈਨਾ ਨਾਲ ਵੀ ਬਿਲੋਂਗ ਕਰਦੇ ਹਾਂ, ਅਸੀਂ ਜਦੋਂ ਵੀ ਕਿਤੇ ਮੀਟਿੰਗ 'ਤੇ ਜਾਂਦੇ ਹਾਂ ਅਸੀਂ ਇਸ ਮੁੱਦੇ ਨੂੰ ਜ਼ਰੂਰ
ਵਿੱਚ ਰੱਖੀਦਾ ਕਿਉਂਕਿ ਬਾਰ ਬਾਰ ਸਾਡੇ ਸਮਾਜ ਨੂੰ ਕਦੀ ਭੋਲੇਨਾਥ ਨੂੰ ਤੁਸੀਂ ਦੇਖੋ ਕਿੱਦਾਂ ਵਿੱਚੋਂ ਦੀ ਸੜਕ ਵਿੱਚੋਂ ਦੀ ਕੱਢਦੇ ਪਏ ਆ ਕਿਸੇ ਹੋਰ ਸਮਾਜ ਦਾ ਤੁਸੀਂ ਅੱਜ ਤੱਕ ਫਿਲਮ ਦੇ ਵਿੱਚ ਕਿਸੇ ਦਾ ਵੀ ਤੁਸੀਂ ਮੈਨੂੰ ਇੱਕ ਫਿਲਮ ਦਿਖਾ ਦਿਓ ਜਿਹਦੇ ਵਿੱਚ ਕਿਸੇ ਦੇ ਧਰਮ ਦੇ ਉੱਤੇ ਟਿੱਪਣੀ ਕੀਤੀ ਗਈ ਹੋਵੇ ਹਰ ਵਾਰ ਇਹਨਾਂ ਨੂੰ ਸਨਾਤਨ ਲੱਭਦਾ ਹਰ ਵਾਰ ਇਹਨਾਂ ਨੇ ਸਾਡੇ ਸਮਾਜ ਦੇ ਉੱਤੇ ਅਟੈਕ ਕਰਨਾ ਕਦੀ ਭੋਲੇਨਾਥ ਦੇ ਉੱਤੇ ਕਰ ਦਿੰਦੇ ਕਦੀ ਬਜਰੰਗ ਬਲੀ ਜੀ ਨੂੰ ਇੱਦਾਂ ਕਰਦੇ ਆ ਅਤੇ ਜਿਹਦੇ ਕਰਕੇ ਸਾਰੇ ਸਮਾਜ ਨੇ ਆਕਰੋਸ਼ ਆ ਸਮਾਜ ਦੇ ਵਿੱਚ ਹੁਣ ਤੁਸੀਂ ਦੇਖੋ ਨਾ ਸਾਰੀ ਫਿਲਮ ਇੰਡਸਟਰੀ ਯੋਗੀ ਆਦਿੱਤਿਆ ਆਪਣੇ ਯੂਪੀ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਨਾਲ ਜਦੋਂ ਮੁਲਾਕਾਤ ਹੋਈ ਉਹਦੇ ਵਿੱਚ ਸੁਨੀਲ ਸ਼ੈਟੀ ਉਹਨਾਂ ਨੇ ਜੈਕੀ ਸ਼ਰਾਫ ਉਹਨਾਂ ਨੇ ਬਿਆਨ ਦਿੱਤੇ ਆ ਵੀ ਅਸੀਂ ਵੀ ਕਹਿੰਦੇ ਹਾਂ ਵੀ ਬਾਲੀਵੁੱਡ ਜਿਹੜਾ ਆ ਉਹ ਨਹੀਂ ਖਰਾਬ ਪਰ ਬਾਲੀਵੁੱਡ ਦੇ ਉੱਪਰ ਜਿਹੜੇ ਬੰਦਿਆਂ ਨੇ ਕੈਪਚਰ ਕੀਤਾ ਹੋਇਆ ਉਹ ਬੰਦਿਆਂ ਨੇ ਕੁਛ ਬੰਦਿਆਂ ਨੇ ਨਾ ਬਾਲੀਵੁੱਡ ਨੂੰ ਆਪਣਾ ਆਪਣਾ ਘਰ ਸਮਝ ਲਿਆ ਵੀ ਉਹਨਾਂ ਦਾ ਇੱਕੋ ਹੀ ਮਕਸਦ ਆ ਏਜੰਸੀਆਂ ਉਹਨਾਂ ਨੂੰ ਫੰਡਿੰਗ ਕਰਦੀਆਂ ਵੀ ਤੁਸੀਂ ਸਮਾਜ ਦੇ ਵਿੱਚ ਦਫਾੜ ਪਾਓ ਜਦਕਿ ਫਿਲਮ ਦਾ ਨਾਟਕ ਦਾ ਮਤਲਬ ਹੋਣਾ ਚਾਹੀਦਾ ਵੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਬਦਲਾਵ ਆਉਣਾ ਚਾਹੀਦਾ ਕੋਈ ਸਿੱਖਿਆ ਹੋਣੀ ਚਾਹੀਦੀ ਆ ਨਾ ਕਿ ਆਪਾਂ ਉਹਦੇ ਧਰਮ ਨੂੰ ਕਿਸੇ ਕਦੀ ਕਿਸੇ ਦੇ ਆਪਣੀ ਕਹਿ ਲਓ TRP ਦੇ ਲੈਣ ਦੇ ਚੱਕਰਾਂ ਦੇ ਵਿੱਚ ਇਹ ਧਰਮਾਂ ਦੇ ਉੱਤੇ ਅਟੈਕ ਕਰ ਦਿੰਦੇ ਆ ਜੇ ਬਾਈਕਾਟ ਤੋਂ ਬਾਅਦ ਵੀ ਫਿਲਮ ਰਿਲੀਜ਼ ਹੁੰਦੀ ਆ ਫਿਰ ਮੈਡਮ ਤੁਸੀਂ ਦੇਖੋ ਨਾ ਫਿਲਮ ਰਿਲੀਜ਼ ਕਿੱਥੋਂ ਹੋਊਗੀ ਜਦ ਕਿ ਸੈਂਸਰ ਬੋਰਡ ਨੇ ਤਾਂ ਪਾਸ ਕਰ ਦਿੱਤੀ ਮੈਡਮ ਸੈਂਸਰ ਬੋਰਡ ਉਹਨਾਂ ਨੇ ਅਸੀਂ ਸੈਂਸਰ ਬੋਰਡ ਨੂੰ ਨਹੀਂ ਮੰਨਦੇ ਜਦੋਂ ਕੋਈ ਸਾਡੇ ਧਰਮ ਦੇ ਉੱਤੇ ਟਿੱਪਣੀ ਕਰੂਗਾ ਚਾਹੇ ਉਹ ਸੈਂਸਰ ਬੋਰਡ ਹੋਵੇ ਚਾਹੇ ਉਹ ਸਰਕਾਰ ਹੋਵੇ ਅਸੀਂ ਪੂੰਝ ਕੇ ਸੜਦੇ ਹਾਂਗੇ ਆਪਾਂ ਸੈਂਸਰ ਬੋਰਡ ਨੂੰ ਨਹੀਂ ਮੰਨਦੇ ਸੈਂਸਰ ਬੋਰਡ ਦੇ ਵਿੱਚ ਕੀ ਗੱਲ ਉਹਨਾਂ ਨੂੰ ਨਹੀਂ ਦਿਖਦਾ ਵੀ ਭੋਲੇਨਾਥ ਨੂੰ ਆਪਾਂ ਕਿੱਦਾਂ ਵਿੱਚੋਂ ਦੀ ਪੌੜੀਆਂ ਵਿੱਚੋਂ ਦੀ ਕੱਢਦੇ ਪਏ ਹਾਂ ਅਤੇ ਇਹ ਚੀਜ਼ਾਂ ਆ ਹਰ ਇੱਕ ਦੀ ਆਸਥਾ ਹੁਣ ਮੇਰੀ ਆਸਥਾ ਮੰਨ ਲਓ ਮੇਰੀ ਆਸਥਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਤਾਂ ਕਿਸੇ ਨੂੰ ਇਹਦੇ ਵਿੱਚ ਕੀ ਤਕਲੀਫ ਆ ਮੇਰੀ ਆਸਥਾ ਸ਼੍ਰੀ ਰਮਾਇਣ ਦੇ ਵਿੱਚ ਆ ਤਾਂ ਕਿਸੇ ਨੂੰ ਇਹਦੇ ਵਿੱਚ ਕੀ ਤਕਲੀਫ ਆ ਮੰਨ ਲਓ ਹੋਰ ਦੁਨੀਆ 'ਤੇ ਬੜਾ ਤੁਸੀਂ ਕੋਈ ਹੋਰ ਪੇਸ਼ ਕਰੋ ਤੁਸੀਂ ਕੋਈ ਜ਼ਿੰਦਗੀ ਦੀ ਅਸਲੀਅਤ ਦਿਖਾਓ ਤੁਸੀਂ ਹਰ ਵਾਰ ਧਰਮਾਂ ਦਾ ਮਜ਼ਾਕ ਉਡਾ ਕੇ ਆਪਣੀ ਆਪਣੀ ਕਹਿ ਲਓ ਵੀ ਸ਼ੋਹਰਤ ਲੈਣ ਦੇ ਚੱਕਰਾਂ ਦੇ ਵਿੱਚ TRP ਵਧਾਉਣ ਦੇ ਚੱਕਰਾਂ ਦੇ ਵਿੱਚ ਹਰ ਵਾਰ ਇਹ ਇੱਕ ਇਹੋ ਜਿਹਾ ਸਿਸਟਮ ਬਣਾਉਂਦੇ ਆ ਵੀ ਜਿਹਦੇ ਨਾਲ ਲੋਕਾਂ ਦੇ ਦਿਮਾਗ ਦੇ ਵਿੱਚ ਆਵੇ ਕਿ ਹਿੰਦੂ ਸਮਾਜ ਜਿਹੜਾ ਨਾ ਵੀ ਇਹ ਇੱਕ ਸ਼ੁਕਲੀ ਸਮਾਜ ਆ ਇਹਦੇ ਵਿੱਚ ਇੱਕ ਮਨੋਰੰਜਨ ਕਰਦੇ ਆ ਅਤੇ ਇਹਦਾ ਅਸੀਂ ਡਟ ਕੇ ਬਾਈਕਾਟ ਕਰਾਂਗੇ ਸੋ ਪ੍ਰਾਈਮ ਵਿਊਜ਼ ਪ੍ਰੋਗਰਾਮ ਤੁਸੀਂ ਦੇਖ ਲਿਆ ਅੱਜ ਦਾ ਮੇਰਾ ਟੌਪਿਕ ਸੀਗਾ ਜੀ ਬਾਲੀਵੁੱਡ ਬਾਈਕਾਟ ਦੇ ਉੱਤੇ ਤੁਸੀਂ ਜਿਹੜੇ ਲੋਕਾਂ ਦੇ ਵਿਊਜ਼ ਹੈਗੇ ਇਸ ਟੌਪਿਕ ਦੇ ਉੱਤੇ ਫਿਲਮਾਂ ਜਿਹੜੀਆਂ ਬਾਈਕਾਟ ਕੀਤੀਆਂ ਜਾ ਰਹੀਆਂ ਜਾਂ ਕਲਾਕਾਰਾਂ ਦਾ ਕੀ ਕਹਿਣਾ ਆ ਉਹਦੇ ਬਾਰੇ ਤੁਸੀਂ ਸਾਰਿਆਂ ਨੇ ਸੁਣ ਹੀ ਲਿਆ ਤੁਹਾਡਾ ਕੀ ਕਹਿਣਾ ਬਾਈਕਾਟ ਬਾਲੀਵੁੱਡ ਦੇ ਬਾਰੇ ਕਮੈਂਟ ਕਰਕੇ ਦੱਸਿਓ ਜੇ ਪ੍ਰੋਗਰਾਮ ਵਧੀਆ ਲੱਗਿਆ ਉਹਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਹੁਣ ਮੈਨੂੰ ਨੀਲਮ ਕੁਈ ਨੂੰ ਦਿਓ ਇਜਾਜ਼ਤ ਤੁਸੀਂ ਦੇ ਦਿਓ ਪ੍ਰਾਈਮ ਏਸ਼ੀਆ TV ਤੁਹਾਡਾ ਆਪਣਾ ਤੁਹਾਡੇ ਲਈ ਟੇਕ ਕੇਅਰ ਬਾਏ ਰੱਬ ਰੱਖਾ